बोले सोनिहाल संसार विच दृष्टमान कोई घटना वापरदी है ते सच इह वी बंदा सुणदा देखदा ते उहदे मन विच उपरामता पैदा हो जांदी है। इह सतगुरु गुरु तेग बहादुर सच्चे पातशाह उहनां ने सानूं समत दित्ती ते इह आप जी देखोगे जिथे सानूं जे गुरु झिड़कै तां मिठा लागै ਉੱਥੇ ਨਾਲ ਸਾਨੂੰ ਸਮਤ ਦੇਈ ਜਾਣਗੇ। ਬੰਦਿਆ ਜੇ ਅੱਜ ਤੱਕ ਨਹੀਂ ਕੁਛ ਕੀਤਾ ਹੁਣ ਹੀ ਕੁਛ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਘਟਨਾ ਵਾਪਰੀ ਸੀ ਕਿ ਸਤਿਗੁਰੂ ਅਸਤਬਲ ਚ ਗਏ ਤੇ ਸਿੱਖ ਹਜ਼ੂਰੀਏ ਸਿੱਖ ਵੀ ਨਾਲ ਸਨ ਤੇ ਸਤਿਗੁਰੂ ਜੀ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਸਿੱਖਾਂ ਕੋਲ ਖਲੋਤਿਆਂ ਨੂੰ ਕਿਹਾ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਚਰਨ ਘੋੜੇ ਦੀ ਰਕਾਬ ਵਿੱਚ ਰੱਖਣੇ ਆ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੇ। ਇਹ ਸ਼ਬਦ ਕਿਹਾ ਇੰਨੇ ਸਮੇਂ 'ਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਸਾਰੇ ਸਿੱਖ ਚੁੱਪ ਕਰ ਗਏ ਜੀ ਇੰਨੇ ਸਮੇਂ 'ਚ ਅਰਥ। ਇੰਨੀ ਦੂਰ ਨੂੰ ਇੱਕ ਸੇਵਾ ਕਰਨ ਵਾਲਾ ਭਾਵਨਾ ਵਾਲਾ ਉਹਨੇ ਕਿਹਾ ਮਹਾਰਾਜ ਆਪ ਜੀ ਚਰਨ ਟਿਕਾਓ ਅਤੇ ਅਰਥ ਆਪ ਦੀ ਕਿਰਪਾ ਨਾਲ ਮੈਂ ਕਰਾਂਗਾ, ਤੁਸੀਂ ਮੇਰ ਕਰੋ। ਹਜ਼ੂਰ ਨੇ ਚਰਨ ਰੱਖੇ, ਉਹਨੇ ਇੱਕੋ ਦਮ ਕਿਹਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਾ ਅਰਥ ਹੈ ਏਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਸ਼ਬਦ ਕਿਹਾ ਗੁਰੂ ਗ੍ਰੰਥ ਸਾਹਿਬ ਕਾ ਅਰਥ ਹੈ ਏਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਘੋੜੇ ਤੇ ਸਵਾਰ ਹੋ ਗਏ ਨੀਲੇ ਤੇ ਨਾਲ ਹੀ ਆਵਾਜ਼ ਦਿੰਦੇ ਨੇ ਸਿੱਖਾਂ ਨਿਹਾਲ 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 ਤੇ ਜਿਹੜੇ ਕੋਲ ਬੈਠੇ ਸਨ ਉਹ ਕਿਹਾ ਮਹਾਰਾਜ ਇਹ ਕੀ ਹੋਇਆ। ਇੱਕ ਓਅੰਕਾਰ ਸਤਿਗੁਰੂ ਬੋਲਿਆ ਗ੍ਰੰਥ ਤਾਂ ਇਤਨਾ ਪੜ੍ਹਾ। ਅੱਗੋ ਸਤਿਗੁਰੂ ਉੱਤਰ ਦਿੰਦੇ ਆ ਭਾਈ ਸੰਗਤ ਜੀ ਅਸਲੀ ਤੱਤ ਇਹੀ ਹੈ ਕਿ ਪਰਮਾਤਮਾ ਇੱਕ ਹੈ, ਸਰਵ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਸ ਨੂੰ ਮਿਲਣ ਦਾ ਜ਼ਰੀਆ ਸਿਰਫ ਸਤਿਗੁਰਾਂ ਦੀ ਕਿਰਪਾ ਹੈ। ਤੱਤ ਬਾਤ ਤੇ ਬਾਕੀ ਤਾਂ ਇਹਦੀ ਵਿਆਖਿਆ ਕੀਤੀ ਗਈ ਹੈ। ਕਿਰਪਾ ਮੰਗੋ ਕਿਉਂਕਿ ਕਿਰਪਾ ਵਿੱਚ ਕਦੀ ਲੇਖੇ ਨਹੀਂ ਹੁੰਦੇ, ਕਿਰਪਾ 'ਚ ਕਦੀ ਲੇਖਾ ਨਹੀਂ। ਕਿਰਪਾ 'ਚ ਗੁਣ ਵੇਖ ਕੇ ਕਿਰਪਾ ਥੋੜ੍ਹਾ ਹੁੰਦੀ ਅਤੇ ਔਗਣ ਵੇਖ ਕੇ ਬਾਹਰ ਥੋੜ੍ਹਾ ਧੱਕੇ ਮਾਰੇ ਜਾਂਦੇ। ਕਿਰਪਾ 'ਤੇ ਨਰੋਲ ਪਾਰ ਪਰਮੇਸ਼ ਪਾਰ ਬ੍ਰਹਮ ਪਰਮੇਸ਼ਵਰ ਦਾ ਆਪਣਾ ਬਿਰਧ ਹੈ। ਜਦੋਂ ਕੋਈ ਕਿਰਪਾ ਮੰਗਦਾ ਗੁਰਮੁਖ ਸੱਚ ਇਹ ਵੇ ਕਿਰਪਾ ਵਿੱਚ ਨਾ ਗੁਣ ਤਾਂ ਨਾ ਔਗਣ, ਕਿਰਪਾ ਸੁਧੀ ਉਹਦੀ ਆਪਣਾ ਆਪਾ ਹੀ ਹੈ। ਇਸੇ ਕਰਕੇ ਗੁਰੂ ਜੀ ਨੇ ਬਾਣੀ 'ਚ ਆਪ ਉਹਨੇ ਪਾਠ ਕੀਤਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ। ਵੇਖੋ ਬੜੇ ਸੌਖੇ ਅਰਥ ਨੇ। ਜਨਮ ਅਕਾਰਤ ਕੀਨ, ਤੂੰ ਸਾਰੀ ਜ਼ਿੰਦਗੀ ਮਨਾ ਪਰਮਾਤਮਾ ਦੇ ਗੁਣ ਨਹੀਂ ਗਾਏ ਤੇ ਗੁਣ ਨਾ ਗਾਣ ਕਰਕੇ ਸੰਸਾਰੀ ਤੌਰ ਤੇ ਜਿੰਨਾ ਮਰਜ਼ੀ ਤੂੰ ਕਾਮਯਾਬ ਹੋ ਜਾਏ, ਜਿੱਦਣ ਦੁਨੀਆਂ ਤੋਂ ਚੱਲੇਗਾ ਨਾ ਤੇਰਾ ਸਾਰਾ ਧਰਮ ਸੱਚੀ ਮੁੱਚੀ ਵਿਅਰਥ ਚਲਾ ਗਿਆ, ਅਕਾਲ ਚਲਾ ਗਿਆ, ਕਿਸੇ ਕੰਮ ਨਹੀਂ, ਕਿਉਂਕਿ ਜਿਸ ਵਾਸਤੇ ਆਇਆ ਸੀ ਉਹ ਮਨਾ ਤੂੰ ਕੰਮ ਕੀਤਾ ਹੀ ਨਹੀਂ। ਔਗਣਾਂ ਨੂੰ ਹੋਰ ਕੋਈ ਨਹੀਂ ਖਤਮ ਕਰ ਸਕਦਾ, ਗੁਣ ਹੀ ਔਗਣਾਂ ਨੂੰ ਖਤਮ ਕਰਦੇ ਆ। ਹਜ਼ੂਰ ਕਹਿੰਦੇ ਨੇ ਇੱਥੇ ਇਹ ਗੁਣ ਅਸੀਂ ਇਹ ਰੂਹਾਨੀ ਗੁਣ ਵੀ ਨੇ ਜਿਹਨੂੰ ਸੱਤ ਸੰਤੋਖ ਦਇਆ ਧਰਮ ਧੀਰਜ ਕਹਿੰਦੇ ਹਾਂ। ਉਂਝ ਬਾਬਾ ਜੀ ਨੇ ਵੀ ਕਿਹਾ ਕਿ ਵਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਸ਼ਬਦ ਦੇ ਬਹੁ ਅਰਥ ਨੇ, ਪਰ ਇੱਥੇ ਅਸੀਂ ਗੁਣ ਦੇ ਅਰਥ ਕਰਾਂਗੇ ਜੀ ਸਿਫਤ ਕਰਨੀ, ਸਿਮਰਨ ਕਰਨਾ, ਪਰਮਾਤਮਾ ਜੀ ਦੀ ਉਸਤਤੀ ਕਰਨੀ।
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਾਹਦੇ ਲਈ ਜਨਮ ਮਿਲਿਆ ਸੀ ਵੀ ਤੈਨੂੰ, ਤੇ ਸਮਝਾਉਂਦੇ ਮਨ ਨੂੰ ਪੈ ਨੇ, ਵਾਹਿਗੁਰੂ ਜੀ ਕਮਾਲ ਕਰ ਦਿੱਤੀ ਆਪ ਉਹਨਾਂ ਨੂੰ ਖਿੰਨ ਨਿਮਖ ਮਾਤਰ, ਕਦੀ ਪਰਮੇਸ਼ਵਰ ਜੀ ਨਹੀਂ ਭੁੱਲੇ, ਪਰਮੇਸ਼ਵਰ ਸਵਰੂਪ ਨੇ, ਪਰ ਸਾਨੂੰ ਝਿੜਕ ਨਹੀਂ ਮਾਰੀ ਮਨ ਨੂੰ, ਕਹਿੰਦੇ ਨੇ ਸਮਝਾਉਂਦੇ ਸਾਨੂੰ ਪਏ। ਹਜ਼ੂਰ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀ, ਤੂੰ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ। ਹੁਣ ਅਗਲਾ ਜੀ ਗੁਣ ਕਿਹੜੇ ਨੇ ਜੀ ਉਹਦੇ, ਇਹ ਵੀ ਹੈ ਨਾ ਜੀ, ਕਿਹੜੇ ਗੁਣ ਗਾਉਣੇ ਨੇ। ਹਾਂ ਗੁਰਮੁਖੋ, ਜਦੋਂ ਆਪ ਵਾਹਿਗੁਰੂ ਸ਼ਬਦ ਵੀ ਜਪਦੇ ਹੋ, ਇਹ ਵੀ ਸਿਫਤ ਦਾ ਬੜਾ ਵੱਡਾ ਗੁਣ ਹੈ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਚੇਤੇ ਕਰਕੇ ਸ਼ੁਕਰ ਕਰਨਾ, ਇਹ ਵੀ ਉਹਦੇ ਗੁਣ ਨੇ। ਕੱਲ ਨੂੰ ਅੱਗੇ ਬਚਨ ਆਵੇਗਾ ਕਿ ਜਿਹਨੇ ਤਨ ਦਿੱਤਾ, ਧਨ ਦਿੱਤਾ, ਘਰ ਦਿੱਤਾ, ਬੱਚੇ ਦਿੱਤੇ, ਤੂੰ ਉਹਦੀ ਸਿਫਤ ਕਿਉਂ ਨਹੀਂ ਕਰਦਾ? ਇਹ ਕੇਵਲ ਐਵੇਂ ਥੋੜ੍ਹਾ ਜਿਹਾ ਗੁਣ ਗਾ ਤੇ ਤੂੰ ਸਤਨਾਮ ਹੈ ਤੂੰ ਕਰ ਨਹੀਂ ਪਿਆਰੇ ਹੋ। ਗੁਰੂ ਸਾਹਿਬ ਕਹਿੰਦੇ ਗੁਣ ਕਹਿ ਗੁਣੀ ਸਮਾਵਣਿਆ, ਗੁਣ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਬੰਦਾ ਗੁਣੀ ਨਿਧਾਨ ਵਿੱਚ ਸਮਾ ਜਾਂਦਾ, ਉਹਦਾ ਰੂਪ ਹੋ ਜਾਂਦਾ ਜਿਹਦੇ ਗੁਣ ਗਾਉਂਦਾ। ਰੇਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਮੱਛਲੀ ਨੀਰ, ਇਸ ਤਰ੍ਹਾਂ ਪਿਆਰ ਕਰ ਜਿਵੇਂ ਮੱਛੀ ਪਾਣੀ ਨੂੰ ਕਰਦੀ ਹੈ। ਅਸੀਂ ਸਿਰਫ ਉਦਾਹਰਣ ਦੇ ਰਹੇ, ਮੱਛੀ ਦਾ ਜੀਵਨ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਪਾਣੀ ਚ ਰਹਿ ਰਹੀ ਜ਼ਿੰਦਗੀ ਹੈ, ਪਾਣੀ ਤੋਂ ਨਿਕਲ ਜਾਏ ਤੇ ਉਹਦੀ ਮੌਤ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਪਿਆਰ ਕਰ ਜਿਵੇਂ ਮੱਛੀ ਪਾਣੀ ਚੋਂ ਨਿਕਲੇ ਤੜਫਦੀ ਹੈ, ਤੂੰ ਇੰਨਾ ਸਿਮਰਨ ਕਰ ਜੇ ਤੇਰੇ ਰੱਬ ਦੀ ਯਾਦ ਭੁੱਲਦੀ ਹੋਵੇ, ਤੇਰਾ ਅੰਦਰ ਇਸ ਤਰ੍ਹਾਂ ਤੜਫੇ ਜਿਵੇਂ ਮੱਛੀ ਤੜਫਦੀ ਹੈ। ਸਿਰਫ ਉਦਾਹਰਨ, ਸਤਿਗੁਰਾਂ ਨੇ ਪਹਿਲੀ ਇਹ ਲਈ ਜਿਹੜਾ ਸਮਾਂ ਨਿਕਲ ਗਿਆ ਛੱਡ ਪਰਾ, ਹੁਣ ਅਕਾਲ ਚਲਾ ਗਿਆ, ਅੱਗੇ ਇੰਨੀ ਮੁਹੱਬਤ ਕਰ ਬੇਨਤੀ ਕਰ ਜੇ ਵਿਦ ਜਲ ਕੋ ਮੀਨ, ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਭਾਈ ਗੁਰਦਾਸ ਸਾਹਿਬ ਦੀ ਤੁਕ ਮੈਂ ਬੋਲੀ ਹੈ ਕਿ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ, ਉਹਨੂੰ ਜਿਉਂਦਿਆਂ ਵੀ ਪਾਣੀ ਨਹੀਂ ਭੁੱਲਦਾ ਤੇ ਨਾਲ ਕਿਹਾ ਮਰਿਆਂ ਵੀ ਪਾਣੀ ਨਹੀਂ ਭੁੱਲਦਾ। ਮੈਂ ਬੇਨਤੀ ਕਰਾਂਗਾ ਕਿ ਜਿੰਨਾ ਵੱਧ ਤੋਂ ਵੱਧ ਪਾਠ ਹੋ ਸਕੇ ਦਾ ਕਰਿਆ ਕਰੋ, ਕਿਉਂਕਿ ਜਿੰਨੇ ਕਮਾਈ ਵਾਲੇ ਨੇ ਗੁਰੂ ਸਾਹਿਬਾਨ ਵੀ ਇੱਥੋਂ ਤੱਕ ਸ਼ਹਾਦਤ ਵੇਲੇ ਤੇ ਚੋਲਾ ਬਦਲ ਲੱਗਿਆਂ ਵੀ ਜਪਜੀ ਸਾਹਿਬ ਪੜਿਆ ਹੈ। ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਰੱਖਿਆ ਤੇ ਉਹਨਾਂ ਹੀ ਕਿਹਾ ਵੀ ਤੇਰੀ ਇੱਛਾ, ਚਲੋ ਸਾਰੇ ਸੀ ਕਹਿੰਦੇ, ਉਹਨਾਂ ਕਿਹਾ ਵੀ ਇੱਛਾ ਸਿਰਫ ਦੋ ਹੀ ਨੇ ਗੱਲਾਂ, ਇੱਕ ਤਾਂ ਜਦੋਂ ਆਰਾ ਚਲਾਉਣਾ ਹੈ ਨਾ ਬਸ ਇਹ ਕੰਮ ਕਰ, ਮੇਰੀ ਸਤਿਗੁਰੂ ਦੇ ਵੱਲ ਮੇਰਾ ਮੁੱਖ ਕਰਦੀ ਪਿੰਜਰੇ ਵੱਲ, ਹਾਂਜੀ ਆਰਾ ਚਲਾਉਣਾ। ਦੂਜੀ ਕਹਿੰਦੇ ਨੇ ਮੈਂ ਜਪਜੀ ਪੜ੍ਹਨਾ ਹੈ। ਸੱਚ ਹੈ ਜੀ, ਇਤਿਹਾਸ ਕਹਿੰਦਾ ਹੈ ਕਿ ਜਲਾਦ ਨੇ ਪੂਰੇ ਜ਼ੋਰ ਨਾਲ, ਜਲਾਦਾਂ ਨੇ ਆਰਾ ਚਲਾਇਆ, ਸਰੀਰ ਦੇ ਦੋ ਟੁਕੜੇ ਹੋ ਗਏ, ਇੱਕ ਖੱਬੇ ਤੇ ਸੱਜੇ ਗਿਆ। ਚੌਂਕ ਚ ਲੋਕ ਵੇਖ ਕੇ ਹੈਰਾਨ ਹੋ ਗਏ, ਦੋਨਾਂ ਟੁਕੜਿਆਂ ਦੇ ਵਿੱਚੋਂ ਜਪਜੀ ਦੀ ਪੌੜੀਆਂ ਦੀ ਆਵਾਜ਼ ਆ ਰਹੀ ਸੀ।